ਨੋਟਾਂ ਪਰ ਰਬੜ ਦੇਖ ਵੇਚ ਜਾ ਕਲਮ ਡਾਂਡਾ ਨਿਉਲੀ ਵਾਲਾ ਵੋ ਕਲਾਕਾਰ ਥੋੜੀ ਆ। ਸੋ ਵੈਲਕਮ ਬੈਕ ਗਾਈਸ, ਕੀ ਹਾਲ ਚਾਲ ਆ ਸਾਰਿਆਂ ਦਾ? ਹੋਪਫੁਲੀ ਸਾਰੇ ਵਧੀਆ ਹੋਵੋਗੇ। ਅੱਜ ਆਪਾਂ ਰਿਐਕਸ਼ਨ ਲੈ ਗਏ 26 ਕਿਸਾਨ ਬਾਈ ਦੰਦਾ ਨਿਉਣ ਵਾਲਾ। ਲੈਟਸ ਸਟਾਰਟ ਇਟ, ਦੇਖਦੇ ਆ ਕੀ ਚੀਜ਼ ਆ, ਕਿਵੇਂ ਆ, ਕਿਸਾਨ ਅੰਦਰਨ ਬੇਸਡ ਗਾਣਾ ਹੈ। ਲੈਟਸ ਸਟਾਰਟ। ਹਰਿਆਣਾ ਹਰਿਆਣਾ ਤੋਂ ਸਿਰ ਕਾ ਤਾਜ ਬਣ ਗਿਆ ਮਾਰੇ। ਅਵੇ ਸਿੱਧੀ ਬਾਤ ਕਹਾਂ, ਅਵੇ ਖੁਦ ਜੇ ਭਗਵਾਨ ਵੀ ਆਏ ਜੇ ਨਹੀਂ ਮੋਦੀ ਦਾ ਪਕਸ ਮੈਂ ਮਾਰੇ ਖਿਲਾਫ ਮੈਂ ਤੋ ਲੜਾਂਗੇ ਭਾਈ। ਅਰ ਮੇਰਾ ਸਹੀ ਗੱਲ ਹੈ, ਮੇਰਾ ਬਾਤ ਪੂਰਾ ਉਤਰਿਆ ਰੇ ਭਾਈ। ਅੱਜੋ ਯੂ ਅੰਧ ਭਗਤੀ ਗਾਈ ਵੀ ਲੈ ਕੇ ਬੈਠੇ ਨਹੀਂ ਭੂਤ, ਡੂਬ ਕੇ ਮਰ ਜਾਓ। ਇਨ ਕਾਲਿੰਗ ਅੰਗਰੇਜ਼ਾਂ ਦਾ ਸਿੱਧੂ ਗੋਰੇ ਅੰਗਰੇਜ਼ ਤੇ ਇਨਸਾਨ ਸੇ ਬੜਾ ਕੋਈ ਦੇਵਤਾ ਨਹੀਂ ਹੈ। ਆ ਲਈਏ ਹਾਂ, ਓ ਦਿੱਲੀ ਏ ਨਹੀਂ ਨਹੀਂ ਆ ਤੇਰੀ ਖੈਰ, ਹਰਿਆਣੇ ਤੇ ਪੰਜਾਬ ਨਾਲ ਪਿਆ ਤੇਰਾ ਵੈਰ, ਰਾਜਸਥਾਨੀ ਵਾਲੇ ਜਾਮ ਕਰੇ ਤੇਰਾ ਸਹਿਰ, ਛਲਣੀ ਚਾਹੋ ਜਾਓ ਗਾਤ, ਪਰ ਚਾਹੀਦੀ ਨੀ ਜਿਹੜੀ ਹੁਣ ਵੰਡੇ ਤੂੰ ਖਰਾਤ, ਤੱਕ ਮੰਗ ਤੇਰੇ ਮੂੰਹ ਤੇ ਨੀ ਮਨਾਈ, ਮੁੜ ਕੇ ਨੀ ਜਾਂਦੇ ਹਰ ਸੋ ਪੱਕੀ ਖਾਈ, ਹਰਿਆਣੇ ਵਾਲੇ ਨਾਲ ਖੜੇ ਦੇਖ ਤਾਉ ਤਾਈ, ਬੋਲੇ ਮਾਇਆ ਜ਼ਮੀਨ ਤੇ ਪੰਜਾਬ ਵੱਡਾ ਭਾਈ, ਮਾਇਆ ਜ਼ਮੀਨ ਤੇ ਪੰਜਾਬ ਵੱਡਾ ਭਾਈ, ਮਾਰਾ ਵੱਡਾ ਭਾਈ ਹੈ ਬੰਦਾ, ਹਮ ਇਨਕੇ ਸਾਥ ਹੈ ਸਾਥ ਹੈ ਸਾਥ ਰਹੇ। ਸਲਾਮ ਹੈ ਯਾਰ ਹਰਿਆਣੇ ਵਾਲਿਓ, ਕਿਆ ਬਾਤ ਆ ਯਾਰ। ਇੱਕੋ ਇੱਕ ਬੰਦਾ ਜਿਹੜਾ ਸਹੀ ਗੱਲ ਦੱਸਦਾ ਮੀਡੀਆ ਦੇ ਵਿੱਚ, ਰਵੀਸ਼ ਕੁਮਾਰ। ਇਤਿਹਾਸ ਯਾਦ ਕਰੇ ਘਰ ਨਾਮ ਲਿਖ ਗਿਆ, ਗੋਦੀ ਮੀਡੀਆ ਦਲਾਲ ਅੱਜ ਫੇਰ ਵਿਕ ਗਿਆ, ਲਾਸ਼ਾਂ ਕੇ ਰਪੜੇ ਹੋਏ ਢੇਰ ਨਹੀਂ ਦਿਖੇ, ਪਰ ਭਗਤ ਸਿੰਘ ਕਾ ਖੂਨ ਜਿਨ੍ਹਾਂ ਫਸਲਾਂ ਕੀ ਜਗ੍ਹਾ ਪਰ ਬੰਦੂਕ ਵੀ ਥੀ ਬੋਦੀ। ਇਨਕਲਾਬੀ ਤਾਂ ਹੀ ਆਊਗਾ ਨਾ ਜੇ ਸਾਡੇ ਖੇਤ ਵੱਜਣਗੇ, ਜੇ ਖੇਤਾਂ ਚ ਦਾਣੇ ਹੋਣਗੇ। ਓ ਦਿੱਲੀ ਨੀ ਦਿੱਲੀ ਨੀ ਨਹੀਂ ਤੇਰੀ ਖੈਰ, ਹਰਿਆਣੇ ਤੇ ਪੰਜਾਬ ਨਾਲ ਪਿਆ ਤੇਰਾ ਵੈਰ, ਰਾਜਸਥਾਨੀ ਵਾਲੇ ਜਾਮ ਕਰੇ ਤੇਰਾ ਸਹਿਰ, ਯੂਪੀ ਨਾ ਚੜਾਣੇ ਤੇਰੀ ਛਾਤੀਆਂ ਪਟੈਰ, ਓ ਝੁਕਦੇ ਨੀ ਲੜਾਂਗੇ ਰੇ ਮਾੜੀ ਸਰਕਾਰਾਂ, ਤਾਂ ਜਿਗਰੇ ਫੌਲਾਦ ਹੈ ਨਾ ਡਰਾਂ ਹਥਿਆਰਾਂ, ਤਾਂ ਉਸ ਨਾ ਰੋਕੋਗੇ ਤਾਂ ਪਾਣੀ ਕੀ ਬੁਖਾਰਾਂ, ਤਾਂ ਜੋ ਕਸੀ ਕੇ ਜ਼ਖਮ ਬੰਦ ਕਰ ਦੇਵੇ ਗਾਰਾਂ। ਤਾਂ ਯਾਰ ਕਿੰਨਾ ਸਹੀ ਲਿਖਿਆ ਬੰਦੇ ਨੇ, ਕਿੰਨਾ ਸਹੀ ਬੋਲਦਾ ਹੈ। ਮੈਂ ਸੁਣਿਆ ਸੀ ਇਹ ਬੰਦਾ ਗੈਂਗਸਟਰ ਰਹਿ ਚੁੱਕਿਆ ਬੈਕ ਚ, ਬਟ ਸਹੀ ਗੱਲ ਹੈ ਕਿ ਇਹ ਅੱਤਵਾਦੀ ਗੈਂਗਸਟਰ ਆਲਮੋਸਟ ਹਰ ਉਹ ਬੰਦਾ ਬਣਦਾ ਜਿਹੜਾ ਇੰਨੀ ਹੋਈ ਜਿਹੜੀ ਆ ਸਰਕਾਰਾਂ ਦੀ ਅੱਤ ਤੋਂ ਹੀ ਤੰਗ ਹੋਇਆ ਹੁੰਦਾ, ਠੀਕ ਆ। ਤੇ ਕਮਾਲ ਹੈ ਯਾਰ ਬੰਦੇ ਦਾ, ਦੰਦਾਂ ਨਾਲ ਬਈ ਸਪੋਰਟ ਹੈ ਯਾਰ, ਹਰ ਗੱਲ ਤੇ ਰਿਐਕਟ ਕਰਾਂਗੇ। ਇੱਥੇ ਪੈ ਜੋ ਵਾਰ ਕਰੇ ਵਾਰ ਥੋੜੀ ਹੈ, ਝੁਕਾ ਆਪਣੇ ਕਿਆ ਕਰ ਵਹਾਰ ਥੋੜੀ ਹੈ, ਗਲਾ ਸਹੀ ਗੱਲ ਹੈ ਜੋ ਕੋਟਾ ਸਰਕਾਰ ਥੋੜੀ ਹੈ, ਨੋਟਾਂ ਪਰ ਰਬੜ ਦੇਖ ਵੇਚ ਜਾ ਕਲਮ ਡਾਂਡਾ ਨਿਉਲੀ ਵਾਲਾ ਵੋ ਕਲਾਕਾਰ ਥੋੜੀ ਹੈ, ਸੁਨਾ ਹੈ ਤੇਰੇ ਗੁਜਰਾਤ ਕੀ ਹਵਾ ਮੇ ਵੀ ਵਪਾਰ ਹੈ, ਯੇ ਤਬ ਤੱਕ ਹੈ ਜਬ ਤੱਕ ਸਰਹਦੋਂ ਪੇ ਕਿਸਾਨੋਂ ਕੇ ਬੇਟੋਂ ਕੇ ਹਾਥੋਂ ਮੇ ਹਥਿਆਰ ਹੈ, ਬਗੈਰ ਕਿਸਾਨੋਂ ਕੇ ਕਿਨ ਮੁਲਕੋਂ ਕਾ ਗੁਜ਼ਾਰਾ ਹੁਆ ਹੈ, ਤੇਰੀ ਦਿੱਲੀ ਕੋ ਅਨਾਜ ਹਮਨੇ ਦੀਆ ਪਾਣੀ ਹਮ ਦੇ ਰਹੇ ਹੈ, ਵਰਨਾ ਤੋ ਵਹਾਂ ਸਿਰਫ ਧੂਆਂ ਹੀ ਧੂਆਂ ਹੈ, ਇਨ ਕਿਸਾਨੋਂ ਕੀ ਬੀਵੀਓਂ ਕੀ ਕੋਕ ਸੇ ਪੈਦਾ ਹੁਏ, ਇਹ ਗੂਸ ਬੰਮ ਜਾ ਰਹੇ ਮੈਨੂੰ, ਬੱਚੋ ਨੇ ਤੇਰੇ ਮੁਲਕ ਕੀ ਹਿਫਾਜ਼ਤ ਮੇ ਜਵਾਨੀ ਦੀ ਹੈ, ਔਰ ਜਰਾ ਗਿਨ ਕੇ ਬਤਾ ਕਿਤਨੇ ਸਫੇਦ ਕੁਰਤੇ ਔਰ ਖਾਕੀ ਨਿਕਰ ਵਾਲੋਂ ਨੇ ਕਸ਼ਮੀਰ ਮੇ ਜਾ ਕੇ ਕੁਰਬਾਨੀ ਦੀ ਹੈ, ਜ਼ਮੀਨ ਹਮਾਰੀ ਫਸਲ ਹਮਾਰੀ ਖੂਨ ਹਮਾਰਾ ਪਸੀਨਾ ਹਮਾਰਾ, ਤੋ ਫਿਰ ਯੇ ਗੁਲਾਮੀ ਕੈਸੀ, ਤੂੰ ਕਹਤਾ ਹੈ ਮਾਂਗੇ ਜਾਇਜ਼ ਹੈ ਸੁਨਵਾਈ ਹੋਗੀ, ਤੋ ਫਿਰ ਯੇ ਪਾਣੀ ਕੀ ਬੋਛਾਰੇ ਔਰ ਗੋਲੀਓਂ ਕੀ ਸੁਨਾਮੀ ਕੈਸੀ, ਸਰਕਾਰੇ ਆਤੀ ਹੈ ਸਰਕਾਰੇ ਜਾਤੀ ਹੈ, ਉਨਕਾ ਹੱਕ ਨਾ ਮਾਰ ਜਿਨ੍ਹੋਂਨੇ ਤੁਝੇ ਚੁਣਾ ਹੈ, ਅਭੀ ਵੀ ਵਕਤ ਹੈ ਕੋਈ ਮੁਨਾਸਿਬ ਹੱਲ ਨਿਕਾਲ, ਵਰਨਾ ਅੰਜਾਮ ਹਮਨੇ ਹਿਟਲਰ ਕਾ ਵੀ ਦੇਖਾ ਹੈ ਔਰ ਕਿੱਸਾ ਗੱਦਾਫੀ ਕਾ ਵੀ ਸੁਣਾ ਹੈ। ਜੈ ਜਵਾਨ ਜੈ ਕਿਸਾਨ ਜੈ ਕਿਸਾਨ। ਅੰਜਾਮ ਹਿਟਲਰ ਦਾ ਵੀ ਦੇਖਿਆ ਤੇ ਕਿੱਸਾ ਗੱਦਾਫੀ ਦਾ ਵੀ ਸੁਣਿਆ, ਮੁੱਦੀਆ ਹਟ ਜਾ ਹਟ ਜਾ ਹਟ ਜਾ, ਪੰਗੇ ਗਲਤ ਲੋਕਾਂ ਨਾਲ ਲੈ ਰਹੇ ਆ, ਇਹ ਤੇ ਇਹੋ ਜਿਹੇ ਨੇ ਵੱਟਾਂ ਪਿੱਛੇ ਮਾਰ ਦਿੰਦੇ ਨੇ। ਫਿਲਮਾਂ ਨੇ ਵੇਖੀਆਂ ਯਾਰ, ਗਾਣਿਆਂ ਚ ਛੱਡ ਫਿਲਮਾਂ ਚ ਛੱਡ,
ਤੇਰਾ ਕੋਈ ਤਾਂ ਇਹੋ ਜਿਹਾ ਯਾਰ ਦੋਸਤ ਹੋਊਗਾ ਜਿਹਨੂੰ ਪਤਾ ਹੋਊਗਾ ਕਿ ਪੰਜਾਬੀ ਤੇ ਹਰਿਆਣੇ ਵਾਲੇ ਕਹਿ ਜਾਂਦੇ ਨੇ, ਥੋੜਾ ਸੋਚ ਸਮਝ ਕੇ ਰਿਹਾ ਕਰ, ਹੁਣ ਹਟ ਜਾਓ, ਮੰਨ ਜਾਓ, ਗੱਲ ਨਿਬੇੜੋ ਵਾਲੀ, ਘਰੋ ਘਰ ਹੀ ਕਰੋ ਸਭ ਨੂੰ। ਬਹੁਤ ਹੋ ਗਿਆ ਯਾਰ, ਮਤਲਬ ਧੱਕਾ ਕਈ ਵਾਰ ਤਾਂ ਫੀਲ ਹੁੰਦਾ ਉੱਥੇ ਧੱਕਾ ਹੋ ਰਿਹਾ, ਠੀਕ ਹੈ। ਮਤਲਬ ਯਾਰ ਇਹਨੂੰ ਸਮਝ ਨਹੀਂ ਆਉਂਦਾ ਹੈਗਾ ਕਿ ਮੀਡੀਆ ਸਾਡਾ ਇੰਨਾ ਘਟੀਆ ਕਿਉਂ ਹੈ, ਇੰਨਾ ਵਿਕਿਆ ਹੋਇਆ ਮੀਡੀਆ। ਹਾਂ ਇੰਨੀ ਗੱਲ ਮੰਨਦੇ ਹਾਂ ਚਲੋ ਕਿ ਚੈਨਲ ਚਲਾਉਣਾ ਹੈ ਤਾਂ ਉਹਨਾਂ ਦੀ ਮੰਨਣੀ ਪੈਂਦੀ ਹੈ, ਠੀਕ ਹੈ। ਬਟ ਰਵੀਸ਼ ਕੁਮਾਰ ਦੇਖ ਲਓ, ਉਹ ਨਹੀਂ ਬੋਲ ਰਿਹਾ ਬੰਦਾ, ਚੈਨਲ 'ਚ ਬੈਠਾ ਨਾ। ਥੋੜ੍ਹੀ ਜਿਹੀ ਹਿੰਮਤ ਕਰੋ ਅਤੇ ਬੋਲਣਾ ਸਿੱਖੋ, ਕੁਛ ਕੁਛ ਖੱਟ ਲਓਗੇ ਇਸ ਦੁਨੀਆ ਤੋਂ, ਇੱਜ਼ਤ ਬਣ ਜੂਗੀ ਤੁਹਾਡੀ। ਬਾਕੀ ਯਾਰ ਗਾਣਾ ਇੰਨਾ ਅਸਰ ਆ, ਇੰਨੇ ਸਾਰੇ ਫੈਕਟਸ, ਇੰਨੀਆਂ ਸਹੀ ਗੱਲਾਂ ਕਰਦਾ ਆ ਬੰਦਾ ਨੇੜੇ ਵਾਲਾ। ਇਸ ਬੰਦੇ ਤੋਂ ਮੈਂ ਅੱਜ ਤੱਕ 4 ਜਾਂ 5 ਗਾਣੇ ਸੁਣ ਚੁੱਕਿਆ ਅਤੇ 3-4 ਦਾ ਮੈਂ ਰਿਐਕਟ ਵੀ ਕਰ ਚੁੱਕਿਆ। ਮੈਨੂੰ ਹਰ ਗਾਣਾ ਸਾਰਾ ਲੱਗਿਆ, ਕੋਈ ਗਾਣੇ ਜਿਹਦੇ 'ਚ ਪ੍ਰੋਬਲਮ ਨਹੀਂ ਹੈਗੀ, ਕੋਈ ਗਾਣੇ 'ਚ ਕੋਈ ਗਲਤ ਗੱਲ ਨਹੀਂ ਕਹੀ, ਬਿਲਕੁਲ ਸੱਚੀਆਂ ਫੈਕਟ, ਸਹੀ ਗੱਲਾਂ ਕਰਦਾ, ਬਹੁਤ ਘੈਂਟ ਗੱਲ ਹੈ ਇਹ। ਬਾਕੀ ਆਪਾਂ ਮਿਲਦੇ ਨਵੇਂ ਰਿਐਕਸ਼ਨ ਦੇ ਨਾਲ। ਛੇਤੀ ਸਤਿ ਸ਼੍ਰੀ ਅਕਾਲ ਤੇ ਹਰਿਆਣੇ ਵਾਲਿਓ, ਮਜ਼ਾ ਆਉਂਦਾ ਬਾਈ, ਤੁਸੀਂ ਜਦ ਖਿੱਚ ਕੇ ਰੱਖਦੇ ਕੰਮ।